ਮੇਰਾ ਨਾਮ ਜੀ ਜਗਦੀਪ ਸਿੰਘ ਹੈ ਜੀ ਔਰ ਮੈਂ ਪੰਜਾਬ ਅੰਮ੍ਰਿਤਸਰ ਤੋਂ ਰਹਿਣ ਵਾਲਾ ਜੀ ਅਤੇ ਪਿਛਲੇ 20 ਸਾਲ ਤੋਂ 18 ਸਾਲ ਤੋਂ ਜੋਬ ਕਰ ਰਿਹਾ ਜੀ ਪੰਜਾਬ ਪੁਲਿਸ ਦੇ ਵਿੱਚ ਔਰ ਮੈਨੂੰ ਮਾਣ ਹੈ ਜੀ ਸਭ ਤੋਂ ਇੰਡੀਆ ਵਿੱਚ ਸਭ ਤੋਂ ਲੰਬਾ ਪੁਲਿਸ ਵਾਲਾ ਹੋਣ 'ਤੇ 7'6" ਕੱਦ ਆ ਜੀ ਮੇਰਾ ਔਰ 190 ਕਿਲੋ ਦੇ ਨੀਅਰ ਅਬਾਊਟ ਵੇਟ ਆ ਜੀ ਔਰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਤੋਂ ਵੱਡੀ ਮੁਸ਼ਕਲ ਆ ਕੱਪੜਿਆਂ ਦੀ ਜਾਂ ਜੁੱਤੀ ਦੀ ਔਰ ਜੇ ਕਿਤੇ ਅਸੀਂ ਜਾਂਦੇ ਹਾਂ ਐਜ਼ ਆ ਗੈਸਟ ਜਾਂ ਐਜ਼ ਆ ਡਿਊਟੀ ਕਿਤੇ ਜਾ ਰਹੇ ਹਾਂ ਅਸੀਂ ਉੱਥੇ ਵਾਸ਼ਰੂਮ ਦੀ ਬੈੱਡ ਦੀ ਆਲ ਓਵਰ ਮਤਲਬ ਟਰੈਵਲ ਕਰਨ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਨਾ ਅਸੀਂ ਮੈਂ ਬੱਸ 'ਤੇ ਟਰੈਵਲ ਨਹੀਂ ਕਰ ਸਕਦਾ ਸ਼ੂਜ਼ 19 ਨੰਬਰ ਸ਼ੂਜ਼ ਆਉਂਦਾ ਜੀ ਮੈਨੂੰ ਅਤੇ ਸ਼ੂਜ਼ ਹੀ ਬਾਹਰੋਂ ਮੰਗਵਾਉਣੇ ਪੈਂਦੇ ਆ ਜੀ ਮੈਨੂੰ ਕਦੀ ਵੀ ਆਪਣੇ ਕੱਦ ਪ੍ਰਤੀ ਨੈਗੇਟਿਵ ਕਮੈਂਟ ਨਹੀਂ ਮਿਲਣ ਸੁਣਨ ਮਹਿਸੂਸ ਹੋਇਆ ਜੀ ਨਾ ਹੀ ਕਦੀ ਸੁਣਿਆ ਜੀ ਪਰ ਹਾਂ ਕਿ ਲੋਕ ਫੋਨ ਕਰਕੇ ਜਾਂ ਮੈਸੇਜ ਰਾਹੀਂ ਪੁੱਛਦੇ ਜ਼ਰੂਰ ਆ ਕਿ ਤੁਹਾਡੀ ਇੰਨੀ ਹਾਈਟ ਦਾ ਰੀਜ਼ਨ ਤੁਸੀਂ ਕਿ ਡਾਇਟ ਕੀ ਖਾਂਦੇ ਜੀ ਮਤਲਬ ਜੀ ਅਸੀਂ ਵੀ ਆਪਣੀ ਬੋਡੀ ਨੂੰ ਇਵੇਂ ਜਿਹਾ ਬਣਾਉਣਾ ਹੋਵੇ ਤਾਂ ਪਰ ਆਹ ਇੱਕ ਗੋਡ ਗਿਫਟ ਆ ਜੀ ਮੈਂ ਜਦੋਂ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਮਾਣ ਹੋਇਆ ਪਤਾ ਲੱਗਾ ਕਿ ਇਹਨਾਂ ਦੀ ਹਾਈਟ ਹੈ 7'6". ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇੰਨੇ ਆਦਮੀ ਇੰਨਾ ਆਦਮੀ ਲੰਬਾ ਹੋਵੇਗਾ ਉਹ ਵੀ ਪੰਜਾਬ ਪੁਲਿਸ 'ਚ ਫਿਰ ਅਸੀਂ ਸਰਚ ਕੀਤਾ ਸਰਚ ਸਾਨੂੰ ਪਤਾ ਲੱਗਾ ਕਿ ਆਲ ਇੰਡੀਆ ਵਿੱਚ ਪੰਜਾਬ ਪੁਲਿਸ 'ਚ ਐਡਾ ਲੰਬਾ ਬੰਦਾ ਨਹੀਂ ਹੈਗਾ ਅਤੇ ਸਾਡੀ ਮੇਰੀ ਮੈਰਿਜ ਹੋਈ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਨੂੰ ਇਹਨਾਂ ਦੀ ਵਾਈਫ ਬਣ ਕੇ ਖੁਸ਼ੀ ਹੋਈ ਆ ਮੈਂ ਜਿੱਥੇ ਵੀ ਕਿਤੇ ਜਾਂਦੀ ਇਹਨਾਂ ਦੇ ਨਾਲ ਮੈਨੂੰ ਬਹੁਤ ਪ੍ਰਾਊਡ ਹੁੰਦਾ ਆ ਸਾਨੂੰ ਸੈਲੀਬ੍ਰਿਟੀ ਵਾਂਗੂ ਇੱਕ ਮਾਣ ਮਿਲਦਾ ਸਾਰਿਆਂ ਕੋਲੋਂ ਸਾਡੀ ਕਪਲ ਫੋਟੋਜ਼ ਲੈਂਦੇ ਆ ਬਹੁਤ ਖੁਸ਼ੀ ਹੁੰਦੀ ਆ ਅਤੇ ਮੈਨੂੰ ਨਹੀਂ ਲੱਗਦਾ ਕਿ ਇੰਨਾ ਬੰਦਾ 7'6" ਬੰਦਾ ਕੋਈ ਹੋਰ ਪੰਜਾਬ ਇੰਡੀਆ ਵਰਲਡ 'ਚ ਨਹੀਂ ਹੋ ਸਕਦਾ ਵੀ ਆਮ ਪਬਲਿਕ ਜਦੋਂ ਫੋਟੋ ਖਿਚਵਾਉਣ ਆਉਂਦੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਿਸ ਤਰ੍ਹਾਂ ਲੋਕ ਸੈਲੀਬ੍ਰਿਟੀ ਨਾਲ ਫੋਟੋ ਖਿਚਵਾਉਂਦੇ ਆ ਉਸ ਤਰ੍ਹਾਂ ਲੋਕ ਸਾਨੂੰ ਮੈਨੂੰ ਜ਼ਿਆਦਾ ਮਤਲਬ ਪਸੰਦ ਕਰਦੇ ਆ ਐਸਾ ਸੈਲੀਬ੍ਰਿਟੀ ਕਈ ਵਾਰ ਐਸਾ ਵੀ ਹੋਇਆ ਆ ਕਿ ਜਿਹੜੇ ਕਈ ਸੈਲੀਬ੍ਰਿਟੀ ਨੇ ਉਹ ਵੀ ਫੋਟੋ ਖਿਚਵਾਉਣ ਲਈ ਮੇਰੇ ਨਾਲ ਆ ਜਾਂਦੀਆਂ ਨੇ ਔਰ ਬੜਾ ਮਾਣ ਮਹਿਸੂਸ ਹੁੰਦਾ ਜੀ ਇਸ ਗੱਲ 'ਤੇ ਪੁਲਿਸ ਦੀ ਨੌਕਰੀ ਤੋਂ ਇਲਾਵਾ ਜੀ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ 3 ਫਿਲਮਾਂ 'ਚ ਕੰਮ ਕਰ ਚੁੱਕਾ ਜੀ ਔਰ ਨੈਕਸਟ ਵੀ ਇੱਕ ਮੂਵੀ ਦਿਲ ਜੀ ਤਰ੍ਹਾਂ ਮੇਰੀ ਆ ਰਹੀ ਹੈ ਜੀ ਔਰ ਇੱਕ ਵੀਰ ਖਾਲਸਾ ਗੱਤਕਾ ਗਰੁੱਪ ਤਰਨ ਤਾਰਨ ਤੋਂ ਮੈਂ ਉਹਨਾਂ ਨਾਲ ਜੁੜਿਆ ਹੋਇਆ ਜੀ ਔਰ ਅਸੀਂ ਉਹਨਾਂ ਨਾਲ ਮੈਂ ਜੁੜ ਕੇ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਿਹਾ ਜੀ ਆਪਣੀ ਕੋਈ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਜ਼ਰੂਰ ਅਸੀਂ ਆਪਣੇ ਮੁਕਾਮ 'ਤੇ ਪਹੁੰਚਾਂਗੇ ਜੀ